ਅਸੀਂ ਜੀ ਬੇਕਵਾਲ 'ਚ ਆਪਣਾ ਹੋਸਪਿਟਲ ਦਾ ਲਾਇਨਸ ਕਲੱਬ ਨਾਲ ਮਿਲ ਕੇ ਕੈਂਪ ਲਗਾਇਆ ਸੀਗਾ ਜੋ ਕਿ ਬਹੁਤ ਹੀ ਸਕਸੈਸਫੁਲ ਰਿਹਾ। ਇੱਥੇ ਅਸੀਂ 120 ਤੋਂ 130 ਮਰੀਜ਼ ਤੱਕ ਅਸੀਂ ਇੱਥੇ ਪੂਰੇ ਦੇਖੇ ਨੇ ਜਿਨ੍ਹਾਂ ਵਿੱਚ ਪੇਸ਼ੈਂਟ ਨੂੰ ਹਰ ਤਰ੍ਹਾਂ ਦੀ ਸੁਵਿਧਾ ਦਿੱਤੀ ਗਈ ਹੈ। ਦਵਾਈਆਂ ਬਿਲਕੁਲ ਫ੍ਰੀ ਦਿੱਤੀਆਂ ਗਈਆਂ ਨੇ, ਲੈਬ ਟੈਸਟ ਬਿਲਕੁਲ ਫ੍ਰੀ ਕੀਤੇ ਗਏ ਨੇ, ਈਵਨ ਅਲਟਰਾਸਾਊਂਡ, ਸੀਟੀ ਸਕੈਨ, ਐਕਸਰੇ ਸਭ ਕੁਝ ਫ੍ਰੀ ਕੀਤਾ ਗਿਆ। ਤੋ ਸਾਨੂੰ ਬਹੁਤ ਹੀ ਅੱਛਾ ਰਿਸਪੋਂਸ ਮਿਲਿਆ, ਈਵਨ ਕਲੱਬ ਵੱਲੋਂ ਸਾਨੂੰ ਬਹੁਤ ਅੱਛਾ ਰਿਸਪੋਂਸ ਮਿਲਿਆ। ਸਾਡੇ ਇੱਕ ਦੋ ਓਪਰੇਸ਼ਨ ਨੇ ਜਿਹੜੇ ਕਿ ਅਸੀਂ ਬੱਚੇ ਬਹੁਤ ਗਰੀਬ ਨੇ ਉਹਨਾਂ ਦੇ ਕੱਲ੍ਹ ਦੇ ਪਰਸੋਂ ਅਸੀਂ ਓਪਰੇਸ਼ਨ ਕਰਨੇ ਨੇ, ਉਹ ਵੀ ਲਾਇਨਸ ਕਲੱਬ ਦੀ ਮਦਦ ਨਾਲ ਅਸੀਂ ਉਹ ਵੀ ਕੱਲ੍ਹ ਓਪਰੇਸ਼ਨ ਕਰਾਂਗੇ। ਇੱਥੇ ਦੇਖੋ ਇੱਥੇ ਹਰ ਤਰ੍ਹਾਂ ਦਾ ਟ੍ਰੀਟਮੈਂਟ ਕੀਤਾ ਗਿਆ, ਮੈਡੀਸਨ ਦਾ ਟ੍ਰੀਟਮੈਂਟ ਕੀਤਾ ਗਿਆ, ਹੱਡੀਆਂ ਦਾ ਟ੍ਰੀਟਮੈਂਟ ਕੀਤਾ ਗਿਆ, ਈਵਨ ਗਾਇਨੀ ਦੇ ਪੇਸ਼ੈਂਟ ਇੱਥੇ ਦੇਖੇ ਗਏ ਨੇ। ਅਤੇ 130 ਪੇਸ਼ੈਂਟ ਅਸੀਂ ਟੋਟਲ ਚੈੱਕ ਕੀਤਾ ਇੱਥੇ, ਜਿਨ੍ਹਾਂ ਦੇ ਲੈਬ ਟੈਸਟ ਫ੍ਰੀ ਹੋਏ ਨੇ ਸਾਰੇ ਇੱਥੇ। ਮੈਸੇਜ ਅਸੀਂ ਇਹੀ ਦੇਣਾ ਚਾਹਾਂਗੇ ਜੀ, ਅਸੀਂ ਬਹੁਤ ਜਲਦੀ ਅਗਲਾ ਕੈਂਪ ਲਾਵਾਂਗੇ, ਠੀਕ ਹੈ। ਕਰਤਾਰ ਹੋਸਪਿਟਲ ਬੇਗਵਾਲ ਵਿੱਚ ਹਰ ਤਰ੍ਹਾਂ ਦੀ ਸੁਵਿਧਾ ਅਵੇਲੇਬਲ ਹੈਗੀ ਹੈ। ਕੋਈ ਵੀ ਮੈਡੀਸਨ ਦਾ ਪੇਸ਼ੈਂਟ ਹੈ, ਕਿਸੇ ਤਰ੍ਹਾਂ ਦੀ ਵੀ ਸਰਜਰੀ ਹੈ, ਹਰ ਪ੍ਰਕਾਰ ਦੀ ਸਰਜਰੀ ਇੱਥੇ ਬਹੁਤ ਹੀ ਘੱਟ ਰੇਟਾਂ 'ਤੇ ਕੀਤੀ ਜਾਂਦੀ ਹੈ। ਪੇਸ਼ੈਂਟ ਨੂੰ ਜਲਦ ਤੋਂ ਜਲਦ ਹਾਈਪਨ ਹੱਡੀਆਂ ਦਾ ਆਪਰੇਸ਼ਨ ਕਰਕੇ ਜਲਦ ਤੋਂ ਜਲਦ ਤੋਰਿਆ ਜਾਂਦਾ ਹੈ। ਗੋਡੇ ਇੱਥੇ ਬਹੁਤ ਹੀ ਘੱਟ ਰੇਟਾਂ 'ਤੇ ਬਦਲੇ ਜਾਂਦੇ ਹਨ। ਹਰ ਤਰ੍ਹਾਂ ਦੀ ਮੈਡੀਕਲ ਫੈਸਿਲਿਟੀ ਤੁਹਾਨੂੰ ਹੁਣ ਜਲੰਧਰ ਜਾਂ ਕਪੂਰਥਲੇ ਜਾਣ ਦੀ ਲੋੜ ਨਹੀਂ, ਸਭ ਕੁਝ ਤੁਹਾਨੂੰ ਬੇਗਵਾਲ ਵਿੱਚ ਹੀ ਹਰ ਤਰ੍ਹਾਂ ਦੀ ਮੈਡੀਕਲ ਫੈਸਿਲਿਟੀ ਅਵੇਲੇਬਲ ਹੋਏਗੀ। ਹੁਣ ਕਲੱਬ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਨਾ ਚਾਹਾਂਗੇ, ਬਹੁਤ ਹੀ ਹੈਲਪ ਕੀਤੀ ਹੈ। ਈਵਨ ਸਾਡੀ ਜੋ ਵੀ ਕੈਂਪ 'ਚ ਅਰੇਂਜਮੈਂਟ ਹੋਏ ਨੇ ਬਹੁਤ ਹੀ ਅੱਛੇ ਅਰੇਂਜਮੈਂਟ ਹੋਏ ਨੇ, ਕੋਈ ਵੀ ਕਿਸੇ ਵੀ ਤਰ੍ਹਾਂ ਦੀ ਤਕਲੀਫ ਨਹੀਂ ਹੋਈ, ਨਾ ਮਰੀਜ਼ ਨੂੰ, ਨਾ ਕਿਸੇ ਡਾਕਟਰ ਨੂੰ। ਈਵਨ ਸਟਾਫ ਦੀ ਅਸੀਂ ਬਹੁਤ ਸ਼ੁਕਰਾਨਾ ਕਰਨਾ ਚਾਹਾਂਗੇ, ਸਟਾਫ ਨੇ ਬਹੁਤ ਮਦਦ ਕੀਤੀ ਹੈ ਸਾਡੀ। ਕਲੱਬ ਵੱਲੋਂ ਸਾਨੂੰ ਹੋਰ ਵੀ ਅੱਗੇ ਤੋਂ ਜਿਹੜੀ ਵੀ ਅਸੀਂ ਅੱਗੇ ਕੋਈ ਸਰਜਰੀ ਜਾਂ ਕੁਛ ਵੀ ਅੱਗੇ ਫੀਲਡ ਵਿੱਚ ਮੈਡੀਕਲ ਫੀਲਡ ਕੁਛ ਕਰਨਾ ਚਾਹਾਂਗੇ, ਕਲੱਬ ਹਮੇਸ਼ਾ ਸਾਡੇ ਨਾਲ, ਸਾਨੂੰ ਪੂਰਾ ਸਹਿਯੋਗ ਦੇਣਗੇ ਇਸ ਚੀਜ਼ ਵਿੱਚ ਜੀ। ਤੋ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹਾਂਗੇ। ਹਾਂਜੀ, ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਦਾ ਹਾਂ ਆਪਣੇ ਸਾਡੇ ਕਲੱਬ ਦੇ ਪ੍ਰਧਾਨ ਸਰਦਾਰ ਕੁਲਵੰਤ ਸਿੰਘ ਕੋਖਲਾ ਜੀ ਦਾ, ਜਿਨ੍ਹਾਂ ਦੇ ਉਪਰਾਲੇ ਸਦਕਾ ਅੱਜ ਮੈਗਾ ਪ੍ਰੋਜੈਕਟ ਲੱਗਾ ਹੈ, ਜਿਹਦੇ 'ਚ ਕਾਫੀ ਲੋੜਵੰਦ ਪਰਿਵਾਰਾਂ ਨੂੰ ਕੋਈ 150 ਦੇ ਕਰੀਬ ਓਪੀਡੀ ਹੋਈ ਹੈ, ਕਾਫੀ ਲੋੜਵੰਦ ਪਰਿਵਾਰਾਂ ਨੂੰ ਫਾਇਦਾ ਹੋਇਆ ਜੀ। ਕਲੱਬ ਨੂੰ ਹਰ ਮਹੀਨੇ ਕੋਈ 4 ਜਾਂ 5 ਪ੍ਰੋਜੈਕਟ ਲਗਾਏ ਜਾ ਰਹੇ ਨੇ, ਆਉਣ ਵਾਲੇ ਸਮੇਂ 'ਚ ਵੀ ਅਸੀਂ ਕੋਈ ਹੋਰ 2 ਪ੍ਰੋਜੈਕਟ ਲਾਵਾਂਗੇ, ਕੁੰਦਨ ਕੈਂਪ ਦਾ ਪ੍ਰੋਜੈਕਟ ਲਾਉਣ ਦਾ ਜੀ ਵਿਚਾਰ ਹੋ ਰਹੀ ਜੀ। ਕਲੱਬ ਦਾ ਮੁੱਖ ਮਕਸਦ ਕੀ ਹੈ? ਕਲੱਬ ਦਾ ਮੁੱਖ ਮਕਸਦ ਹੈ ਮਨੁੱਖਤਾ ਦੀ ਸੇਵਾ ਅਤੇ ਲੋੜਵੰਦਾਂ ਦੀ ਸੇਵਾ ਕਰਨੀ। ਹਾਂਜੀ, ਜਿਹੜਾ ਅੱਜ ਕਲੱਬ ਵੱਲੋਂ ਕੈਂਪ ਲਾਇਆ ਗਿਆ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਕਿੰਨੇ ਪੇਸ਼ੈਂਟ ਅੱਜ ਕੀਤੇ ਗਏ ਚੈੱਕਅਪ? ਅੱਜ ਜਿਹੜਾ ਲੈਂਥ ਕਲੱਬ ਡਾਇਮੰਡ ਬੰਦਗੀ ਵੱਲੋਂ ਫ੍ਰੀ ਮੈਡੀਕਲ ਕੈਂਪ ਡਾਕਟਰ ਸਤਵੰਤ ਹੋਸਪਿਟਲ ਦੇ ਸੰਯੋਗ ਨਾਲ ਲਾਇਆ ਨਾ, ਉਹਦੇ ਵਿੱਚ ਘੱਟੋ ਘੱਟ 100 ਤੋਂ 55 ਪਲੱਸ ਪੇਸ਼ੈਂਟ ਜਿਹੜੇ ਅਟੈਂਡ ਕੀਤੇ ਨੇ, ਜਿਨ੍ਹਾਂ ਵਿੱਚੋਂ ਘੱਟੋ ਘੱਟ 35 ਤੋਂ 40 ਜਿਹੜੇ ਪੇਸ਼ੈਂਟ ਨੇ ਆਪਾਂ ਸੀ ਟੀ ਸਕੈਨ, ਅਲਟਰਾਸਾਊਂਡ, ਈ ਸੀ ਜੀ, ਹੋਰ ਟੈਸਟਾਂ ਵਾਸਤੇ ਕੀਤੇ ਨੇ। ਉਹਨਾਂ ਦੇ ਜਿੰਨੇ ਵੀ ਟੈਸਟ ਹੋਣਗੇ 2-3 ਦਿਨ ਦੇ ਵਿੱਚ ਉਹ ਸਾਰੀ ਪੇਮੈਂਟ ਜਿਹੜੀ ਸੀ ਉਹਨਾਂ ਦੀ ਆਪ ਕਰਨੀ ਹੈ। ਅਤੇ ਬੜਾ ਵਧੀਆ ਸਾਨੂੰ ਮਹਿਸੂਸ ਹੋਇਆ ਕਿ ਇੱਕ ਹੋਰ ਰਾਤ ਕੋਈ ਐਕਸੀਡੈਂਟ ਕੇਸ ਸੀ ਜਿਹਦੇ ਵਿੱਚ ਡਾਕਟਰ ਸਤਵੰਤ ਦੇ ਹੋਸਪਿਟਲ ਕੋਈ ਬੱਚੇ ਨੂੰ ਸੁੱਟ ਗਿਆ, ਉਹਨਾਂ ਦਾ ਇਲਾਜ ਕਰ ਦਿੱਤਾ, ਸਵੇਰੇ ਅਸੀਂ ਉਹਨੂੰ ਵੇਖਿਆ, ਕੁਛ ਅਸੀਂ ਉਹਦੀ ਵੀ ਹੈਲਪ ਕੀਤੀ ਹੈ ਕਿ ਕੱਲ੍ਹ ਨੂੰ ਜਾ ਕੇ ਅਸੀਂ ਡਾਕਟਰ ਸਾਹਿਬ ਦੇ ਨਾਲ ਕੁਛ ਸੰਯੋਗ ਕਰਾਂਗੇ ਅਤੇ ਅਸੀਂ ਵੀ ਉਹਨੂੰ 20,000 ਦੀ ਰਾਸ਼ੀ ਉਸ ਮੁੰਡੇ ਵਾਸਤੇ ਵੀ ਦੇਵਾਂਗੇ। ਔਰ ਕੀ ਕਹਿਣਾ ਚਾਹੋਗੇ ਕਲੱਬ ਦੀਆਂ ਸੇਵਾਵਾਂ ਲੈ ਕੇ? ਹੋਰ ਕਿਹੜੇ ਕਿਹੜੇ ਸੇਵਾਵਾਂ ਚੱਲ ਰਹੀਆਂ ਔਰ ਜਾਂ ਕੀਤੀਆਂ ਗਈਆਂ? ਲੰਚ ਕਲੱਬ ਦੀਆਂ ਸੇਵਾਵਾਂ ਤਾਂ ਲੰਚ ਕਲੱਬ ਦਾ ਹੈ ਹੀ ਸੇਵਾ ਵਾਸਤੇ, ਇਹ ਅਸੀਂ ਇੱਦਾਂ ਹੀ ਸੇਵਾ ਕਰਦੇ ਲੈ ਕੇ। ਹੁਣ ਅਸੀਂ ਇਸੇ ਮਹੀਨੇ ਦੇ ਲਾਸਟ ਵਿੱਚ ਬਲੱਡ ਕੈਂਪ ਲਾ ਰਹੇ ਹਾਂ ਅਤੇ ਅਗਲੇ ਮਹੀਨੇ ਆਪਾਂ ਅੱਖਾਂ ਦਾ ਫ੍ਰੀ ਚੈੱਕਅਪ ਕੈਂਪ ਵੀ ਲਾਵਾਂਗੇ ਅਤੇ ਉਹਦੇ ਵਿੱਚ ਹੋਰ ਵੀ ਛੋਟੇ ਮੋਟੇ ਜਿਹੜੇ ਲੋੜਵੰਦ ਸੱਜਣਾਂ ਨੂੰ, ਜਿਹੜੀ ਲੋੜਵੰਦ ਨੇ ਉਹਨਾਂ ਦੀ ਮਦਦ ਕਰਦੇ ਰਹਾਂਗੇ। ਅੱਜ ਸਾਰੇ ਕਲੱਬ ਵੱਲੋਂ ਡਾਕਟਰ ਸਤਵੰਤ ਸਿੰਘ ਜੀ ਦੇ ਹੋਸਪਿਟਲ ਦਾ, ਸਾਰੇ ਸਟਾਫ ਦਾ ਅਤੇ ਲੈਂਥ ਕਲੱਬ ਦੇ ਸਾਰੇ ਮੈਂਬਰਾਂ ਦਾ ਅਤੇ ਜਿੰਨੇ ਵੀ ਬਾਹਰੋਂ ਆਏ ਸਾਡੇ ਮਹਿਮਾਨ ਸੀ ਉਹਨਾਂ ਵੱਲੋਂ ਅੱਜ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੇ ਸਾਡਾ ਛੋਟੇ ਜਿਹੇ ਸੱਦੇ 'ਤੇ ਹੋਸਪਿਟਲ ਵਾਲਿਆਂ ਨੇ ਆ ਕੇ ਸਾਡੀ ਸੇਵਾ ਦੇ ਵਿੱਚ ਸਾਨੂੰ ਮੌਕਾ ਦਿੱਤਾ। ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਵਧਾਈਆਂ ਲੈਂਥ ਕਲੱਬ, ਜੈ ਹਿੰਦ। ਸਭ ਤੋਂ ਪਹਿਲਾਂ ਮੈਂ ਡਾਇਮੰਡ ਰੈਲ ਬੰਦਗੀ ਲਾਇਨ ਕਲੱਬ ਨੂੰ ਲੱਖ ਲੱਖ ਵਧਾਈਆਂ ਦੇਣਾ ਕਿ ਅੱਜ ਇੰਨਾ ਤਗੜਾ ਤੇ ਇੰਨਾ ਵਧੀਆ ਡਾਕਟਰ ਸਤਵੰਤ ਸਿੰਘ ਦੇ ਹੋਸਪਿਟਲ ਦੀ ਕਰਤਾਰ ਹੋਸਪਿਟਲ ਵੱਲੋਂ ਜਿਹੜਾ ਲਾਇਆ ਗਿਆ ਕੈਂਪ, ਮੇਰਾ ਮਨ ਬਹੁਤ ਖੁਸ਼ ਹੋਇਆ। ਅੱਜ ਸੰਤ ਬਾਬਾ ਪ੍ਰੇਮ ਸਿੰਘ ਧਰਤੀ ਦੇ
वाकई ही वेखो ये धरती इदां दी है, ये धरती दे बदौलत ही है सब कुछ। जिन्हें लैंड क्लब बेगोल दे काम कर रहे ने, देखो 321 डी डी च 160 दे तकरीबन प्रोजेक्ट क्लब ने, मेरे ख्याल के सारे 321 डी च 10-12 क्लब ही मेन प्रोजेक्ट ने काम करने, जिन्हें चो 6-7 कले बेगोवाल दे। बड़े मजे सारी संतों की कृपा है, उन्होंने कृपा सदका ही साढ़े जे लोग ने मानता की सेवा से अगे आते हैं। पर जरा डॉक्टर लवजोत सिंह लवप्रीत गुरु लाया गया कैंप, मन खुश हो डॉक्टर साहब वाकई पूरे सेवा के श्रद्धालु ने। जे साडा कोई भरा साडा मेन बेगोल साडा अपना हॉस्पिटल हो सानू वध तो वध इदां दी सेवा देनी चाहिए, सेवा का मौका लेना चाहिए। साडे डिस्ट्रिक्ट चेयरमैन सरदार विरसा सिंह जी, हैप्पी जुलका जी, पप्पल जी, मेरा वीर खासरिया साहब, MC खासरिया साहब, सुखचैन सिंह जी सरदार कलौसे प्रधान जी, साढ़े समती मैंबर मेरा पत्रकार वीर बब्बल जी, ते मेरा वीर मैनू ना परमजीत सिंह। बहुत खुशी है जो तुम मैनू सद के मेरा माण करदे, मैं आप ही भागो भाग हो जाता। मैं जो अपने पिंड च गल होए ना यही मन खुश होंदा है। आने वाले समय चे क्लब नू वधिया तरीके नवाजा जाएगा कि जिहड़ा वाकई डिस्ट्रिक्ट टॉर होवे, तुहाडे क्लब दे एक दो मैंबर वधिया तरीके दे आपां एडजस्ट करांगे, जिहदा वाकई उहना उहदिआं दा कोई मुल होवे। ठीक है ना, तुहाडे ते ही माण है मैनू। मैं देखो इस कहे संत बाबा प्रेम सिंह की कृपा सदका ही आपां इस लैण च मैनू 5-6 साल होए, तुहाडे सदका जिहड़ा तुसीं सहयोग दित्ता है, ਇਹ ਪਿੰਡ ਦੇ ਸਹਿਯੋਗ ਕਰਕੇ ਆਪਾਂ ਅੱਜ ਇੱਥੇ ਪਹੁੰਚੇ ਹਾਂ। ਅਤੇ ਉਹ ਸਹਿਯੋਗ ਰੱਖੋ, ਉਹਦੇ 'ਚ ਮੇਰਾ ਨਹੀਂ ਤੁਹਾਡਾ ਸਾਰਿਆਂ ਦਾ ਤੌਰ ਹੈ। ਨਹੀਂ ਤਾਂ ਲੋਕ ਕਹਿੰਦੇ ਲੈ ਪਿੰਡਾਂ 'ਚ ਤਾਂ ਕੁਛ ਹੋ ਹੀ ਨਹੀਂ ਸਕਦਾ, ਅੱਜ ਉਹੀ ਪਿੰਡ ਨੇ। ਮੈਂ ਤਾਂ ਪਠਾਨਕੋਟ ਕਈ ਵਾਰੀ ਜਾ ਕੇ ਕਹਿਣਾ, ਮੈਂ ਕਿਹਾ ਪਿੰਡਾਂ ਦੇ ਪ੍ਰੋਜੈਕਟ ਦੇਖ ਲਓ, ਤੁਹਾਨੂੰ ਸ਼ਹਿਰਾਂ ਦੇ ਤੁਸੀਂ ਦੇਖ ਲਓ। ਇਸ ਕਰਕੇ ਮੈਂ ਦੁਬਾਰਾ ਰਹਿਲਬੰਦਗੀ ਲਾਈਨ ਕਲੱਬ ਨੂੰ ਬਹੁਤ ਬਹੁਤ ਵਧਾਈ ਦੇਣਾ, ਪਰਮਾਤਮਾ ਕਰੇ ਇਹਨਾਂ ਦੇ ਮੈਂਬਰਾਂ ਨੂੰ ਇੰਨੀ ਸ਼ਕਤੀ ਦੇਵੇ, ਆਉਣ ਵਾਲੇ ਸਮੇਂ 'ਚ ਵੱਡੇ ਵੱਡੇ ਪ੍ਰੋਜੈਕਟ ਲਾਉਣ ਅਤੇ ਵੱਡੀ ਵੱਡੀ ਸੇਵਾ ਕਰਨ, ਜਿਹੜਾ ਕਿ ਸਾਡੇ ਬੇਗੋਵਾਲ ਦਾ, ਸਾਡੇ ਸਤਿਗੁਰ ਪ੍ਰੇਮ ਸਿੰਘ ਧਰਤੀ ਦਾ ਨਾਂ ਉੱਚਾ ਹੋਵੇ। ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ, ਵਾਹਿਗੁਰੂ ਸਾਹਿਬ ਵਾਹਿਗੁਰੂ ਜੀ ਕੀ ਫਤਿਹ। ਅੱਜ ਲਾਇਨ ਕਲੱਬ ਬੇਗੋਵਾਲ ਡਾਇਮੰਡ ਬੰਦਗੀ ਵੱਲੋਂ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ ਜੀ, ਕਰਤਾਰ ਹਸਪਤਾਲ ਦੇ ਸਹਿਯੋਗ ਦੇ ਨਾਲ, ਅਤੇ ਮੈਂ ਪ੍ਰਧਾਨ ਸਾਹਿਬ ਕੁਲਵੰਤ ਸਿੰਘ ਜੀ ਅਤੇ ਸਾਰੀ ਹੀ ਟੀਮ ਦਾ ਤਹਿ ਦਿਲ ਤੋਂ ਧੰਨਵਾਦ ਕਰਦਾ ਹਾਂ, ਜਿਹੜੇ ਕਿ ਹਰ ਟਾਈਮ ਜਦੋਂ ਵੀ ਕੋਈ ਜ਼ਰੂਰਤ ਹੁੰਦੀ ਉਹਦੇ ਹਿਸਾਬ ਨਾਲ ਇਹ ਪ੍ਰੋਜੈਕਟ ਲਾਈ ਜਾਂਦੇ ਨੇ। ਪਿੱਛੇ ਮੈਂ ਦੇਖਿਆ ਵੀ ਇਹਨਾਂ ਨੇ ਜ਼ਰੂਰਤਮੰਦ ਪਰਿਵਾਰਾਂ ਨੂੰ ਵੀ ਹੈਲਪ ਕੀਤੀ, ਅਤੇ ਚੇਚੇ ਤੌਰ 'ਤੇ ਇੱਥੇ ਪਹੁੰਚੇ ਸਾਡੇ VDG 1 ਰਿਸ਼ਪਾਲ ਸਿੰਘ ਬੱਚਾ ਜੀ ਵੀ ਜੀ, ਹੈਪੀ ਜੁਲਕਾ ਜੀ, ਅਤੇ ਸਾਰੀ ਹੀ ਟੀਮ ਦਾ ਮੈਂ ਤਹਿ ਦਿਲ ਤੋਂ ਧੰਨਵਾਦ ਕਰਦਾ। ਅਤੇ ਇੱਕ ਵਾਰ ਫਿਰ ਲਾਇਨ ਕਲੱਬ ਬੇਗੋਵਾਲ ਡਾਇਮੰਡ ਬੰਦਗੀ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ, ਅਤੇ ਮਹਾਰਾਜ ਇਹਨਾਂ ਨੂੰ ਚੜ੍ਹਦੀ ਕਲਾ 'ਚ ਰੱਖੇ ਅਤੇ ਇਸ ਤਰ੍ਹਾਂ ਹੀ ਇਹ ਪ੍ਰੋਜੈਕਟ ਕਰਦੇ ਰਹਿਣ। ਜੈ ਹਿੰਦ, ਜੈ ਲਾਈ।